ਹੈ ਜੀ ਸਾਡੇ ਮਾਮੇ ਦੀ ਮੁੰਜੀ ਹੈ ਹਲੀ ਤੇ ਇਹ ਮਾਸ਼ਾਅੱਲਾ ਸਾਡੀ ਹੈ ਤੇ ਮਾਮੂ ਕਹਿ ਰਹੇ ਨੇ ਕਿ ਮੁੰਜੀ ਮਾਸ਼ਾਅੱਲਾ ਸਹੀ ਹੈ ਜ਼ਬਰਦਸਤ ਮਾਸ਼ਾਅੱਲਾ ਜ਼ਬਰਦਸਤ ਮੁੰਜੀ ਹੈ ਕਿ ਅੱਲਾ ਭਾਅ ਦਾ ਸ਼ੁਕਰ ਹੈ ਬਹੁਤ ਸੋਹਣੀ ਮੁੰਜੀ ਹੋ ਰਹੀ ਹੈ ਤੇ ਮਾਸ਼ਾਅੱਲਾ ਨਵਾਜ਼ ਦਾ ਤਰਲਾ ਕੀਤਾ ਮੈਂ ਯਾਰ ਚੱਲ ਵੇਖ ਹੀ ਛੱਡ ਜੇ ਤੂੰ ਕਨਾਲ ਦਾ ਪਾਣੀ ਨਹੀਂ ਲਾਉਣਾ ਤੇ ਚੱਲ ਵੇਖ ਤੇ ਅਸਲਾਮ ਵਾਲੇਕਮ ਜੀ ਅੱਜ ਦਾ ਵਲੋਗ ਕਰਨੇ ਜੀ ਸ਼ੁਰੂ ਤੋਂ ਦੋਸਤੋ ਕੀ ਹਾਲ ਚਾਲ ਹੈ ਮੈਂ ਉਮੀਦ ਕਰਨਾ ਕਿ ਮੇਰੇ ਸਾਰੇ ਦੋਸਤ ਅਹਿਬਾਬ ਬਿਲਕੁਲ ਠੀਕ ਠਾਕ ਹੱਸਦੇ ਅਤੇ ਫਸਦੇ ਅਤੇ ਮੁਸਕਰਾਉਂਦੇ ਹੁੰਦੇ ਅਤੇ ਦੋਸਤੋ ਕੈਸੀ ਲਾਈਫ ਗੁਜ਼ਰ ਰਹੀ ਹੈ ਮੈਂ ਉਮੀਦ ਕਰਨਾ ਕਿ ਬਿਲਕੁਲ ਤੁਸੀਂ ਠੀਕ ਠਾਕ ਹੋਵੋਗੇ ਅਤੇ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਤਾਂ ਕੀਤਾ ਚੈਨਲ ਕਰ ਲਓ ਸਬਸਕ੍ਰਾਈਬ ਬੈਲ ਆਈਕਨ 'ਤੇ ਕਰ ਲਓ ਕਲਿੱਕ ਤਾਂ ਕਿ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਅਤੇ ਇਰਦ ਗਿਰਦ ਦਾ ਤੁਸੀਂ ਮੌਸਮ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ ਮੂੰਜੀਆਂ ਜਨਾਬ ਪੱਕ ਗਈਆਂ ਨੇ ਪਿੰਡਾਂ 'ਚ ਮੂੰਜੀਆਂ ਪੱਕ ਗਈਆਂ ਨੇ ਅਤੇ ਅੱਜ ਕੱਲ੍ਹ ਤਾਂ ਮੌਸਮ ਵੀ ਬੜਾ ਲੈਵਲ ਦਾ ਹੈ ਕਿੰਨੇ ਸਾਲ ਬਾਅਦ ਜਿਹੜਾ ਨਾ ਐਸਾ ਦਾ ਮੌਸਮ ਵੇਖਣ ਨੂੰ ਮਿਲਿਆ ਕਿ ਫਸਟ ਟਾਈਮ ਜਿਹੜਾ ਆਸਮਾਨ ਇਹਦਾ ਰੰਗ ਨੀਲਾ ਹੋਇਆ ਅਤੇ ਮੁੱਦਤਾਂ ਬਾਅਦ ਜਿਹੜਾ ਹੈ ਰੰਗ ਇਹਦਾ ਵੇਖਣ ਨੂੰ ਮਿਲਿਆ ਇਹ ਦੇਖੋ ਇੱਕ ਬਗਲਾ ਜਿਹੜਾ ਉਹ ਜੀ ਧਾੜ 'ਤੇ ਬੈਠਾ ਚਿਲ ਕਰ ਰਿਹਾ ਚਿਲ 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 ਅਤੇ ਮੂੰਜੀਆਂ ਸ਼ੂੰਜੀਆਂ ਪੱਕ ਗਏ ਨੇ ਯਾਰੋ ਅਤੇ ਅੱਜ ਕੱਲ੍ਹ ਤਾਂ ਵੈਸੇ ਵੀ ਕਿਸਾਨ ਭਰਾ ਜਿਹੜਾ ਉਹ ਲੱਗੇ ਨੇ ਕਿ ਅੱਲਾ ਤਾਲਾ ਹਲਕੀ ਜਿਹੀ ਬਾਰਿਸ਼ ਪਾ ਰਹੇ ਅਤੇ ਮੂੰਜੀਆਂ ਮਜ਼ੀਦ ਸਹੀ ਹੋਈਆਂ ਨੇ ਅਤੇ ਮਾਸ਼ਾਅੱਲਾ ਮੂੰਜੀਆਂ ਸਫ਼ਾ ਬਹੁਤ ਹੀ ਅੱਛੀਆਂ ਨੇ ਅੱਲਾ ਤਾਲਾ ਹੈਰੋ ਬਰਕਤ ਨਾਲ ਜਿਹੜਾ ਟਾਈਮ ਲੈ ਕੇ ਆਏ ਮੂੰਜੀਆਂ ਦਾ ਅਤੇ ਮਾਸ਼ਾਅੱਲਾ ਪੱਕੀਆਂ ਨੇ ਸਫ਼ਾ ਮੂੰਜੀਆਂ ਚਲੋ ਚੱਲਦੇ ਹਾਂ ਅੱਗੇ ਨੂੰ ਤੁਹਾਨੂੰ ਨਜ਼ਾਰੇ ਸ਼ਜ਼ਾਰੇ ਦਿੰਦੇ ਹਾਂ ਪਿੰਡਾਂ ਦੇ ਓਏ 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 ਇਹ ਚੱਕਰ ਇਹ ਪਿੱਛੇ ਬੰਬੀ ਲੱਗੀ ਪੀਟਰ ਠੀਕ ਹੈ ਇਹਦੇ ਆਲੇ ਦੁਆਲੇ ਮਾਸ਼ਾਅੱਲਾ ਤਿੰਨ ਚਾਰ ਬੂਟੇ ਜਿਹੜਾ ਉਹ ਉੱਗੇ ਨੇ ਹੋਦੀ ਟਾਲੀ ਦੇ ਬੂਟੇ ਅਤੇ ਚਲੋ ਜੀ ਚੱਲਦੇ ਹਾਂ ਅਤੇ ਜਾ ਕੇ ਬਿਸਮਿਲ੍ਲਾਹਿਰ ਤੁਹਾਨੂੰ ਮਾਹੌਲ ਸ਼ੋਲ ਬਣਨੇ ਅੱਗੇ ਦਾ ਮੌਸਮ ਬਹੁਤ ਜ਼ਿਆਦਾ ਤਬਦੀਲ ਹੋ ਗਿਆ ਗਰਮੀ ਤੁਹਾਨੂੰ ਪਤਾ ਕਾਫੀ ਜ਼ਿਆਦਾ ਪਈ ਹੈ ਸਫ਼ਾ ਅਤੇ ਹੁਣ ਬਿਲਕੁਲ ਮੌਸਮ ਖੁੱਲ੍ਹ ਗਿਆ ਠੰਡੀ ਠੰਡੀ ਹਵਾ ਚੱਲਦੀ ਹੈ ਬਈ ਅਤੇ ਇਹ ਚੈੱਕ ਕਰੋ ਦਰਖਤ ਜ਼ਰਾ ਮਾਸ਼ਾਅੱਲਾ ਬਹੁਤ ਜ਼ਿਆਦਾ ਦਰਖਤ ਇਸ ਤਰ੍ਹਾਂ ਦਰਖਤ ਹੋਣੇ ਚਾਹੀਦੇ ਨੇ ਆਲੇ ਦੁਆਲੇ ਅਤੇ ਇਹ ਕੁਦਰਤੀ ਤੌਰ 'ਤੇ ਜਿਹੜਾ ਦਰਖਤ ਬਹੁਤ ਬਹੁਤ ਜਿਹੜਾ ਉੱਗੀ ਜਾ ਰਹੇ ਨੇ ਅਤੇ ਅੱਲਾ ਦਾ ਬੜਾ ਹੀ ਕਰਮ ਹੈ ਇਸ ਇਲਾਕੇ ਦੇ ਅਤੇ ਮੈਂ ਉਮੀਦ ਕਰਨਾ ਕਿ ਮੇਰੇ ਜਿੰਨੇ ਵੀ ਦੋਸਤ ਪੜ੍ਹੇ ਲਿਖੇ ਨੇ ਸਪੈਸ਼ਲੀ ਪੜ੍ਹੇ ਲਿਖੇ ਉਹ ਤਾਂ ਇਸ ਚੀਜ਼ ਨੂੰ ਸਮਝਦੇ ਕਿ ਦਰਖਤ ਸਾਨੂੰ ਆਕਸੀਜਨ ਦਿੰਦਾ ਅਤੇ ਜਿੰਨੀ ਜ਼ਿਆਦਾ ਆਕਸੀਜਨ ਹੋਏਗੀ ਉਨਾ ਜ਼ਿਆਦਾ ਫਾਇਦਾ ਹੋਏਗਾ ਅਤੇ ਇਸ ਤਰ੍ਹਾਂ ਦੇਖੋ ਤੁਸੀਂ ਮੂੰਜੀਆਂ ਵਗੈਰਾ ਮਾਸ਼ਾਅੱਲਾ ਪੱਕ ਪੁੱਕ ਗਈਆਂ ਨੇ ਅਤੇ ਇਹ ਜਿਹੜੀ ਮੂੰਜੀ ਹੈ ਨਾ ਇਹ ਮਾਮਿਆਂ ਦੀ ਹੈ ਅਤੇ ਮਾਸ਼ਾਅੱਲਾ ਇਹਦੀਆਂ ਵੀ ਜੋ ਸੁੱਟੇ ਸੁੱਟੇ ਨੇ ਉਹ ਨਿਕਲ ਆਏ ਨੇ ਪੱਕ ਪੁੱਕ ਗਈ ਉਹ ਪਿੱਛੇ ਅਸੀਂ ਲਾਈ ਹੈ ਉਹ ਵੀ ਕਾਫੀ ਅੱਛੀ ਮੂੰਜੀ ਹੈ ਲੇਕਿਨ ਉਹ ਲੇਟ ਲਾਈ ਹੈ ਇਸ ਵਾਸਤੇ ਲੇਟ ਪੱਕੇਗੀ ਚਲੋ ਜੀ ਚੱਲੀਏ ਮੂੰਜੀ ਸ਼ੂੰਜੀ ਵੇਖੋ ਮਾਮੇ ਦੇ ਨਾਲ ਤੁਹਾਡਾ ਜ਼ਿਆਦਾ ਚੱਲਣਾ ਹੈ ਜੀ ਪਾਥੀਆਂ ਲਾਈਆਂ ਨੇ ਵੇਖੋ ਇਹ ਪਿੰਡਾਂ ਦਾ ਮਾਹੌਲ ਚੱਲ ਜਾਣਾ ਹੈ ਚਲੋ ਜੀ ਹੁਣ ਚੱਲਦੇ ਹਾਂ ਮੂੰਜੀ ਸ਼ੂੰਜੀ ਵੇਖਦੇ ਹਾਂ ਮੂੰਜੀ ਦਾ ਜਿਹੜਾ ਨਾ ਕੀ ਸੀਨ ਹੈ ਮਾਮੂ ਕਹਿ ਰਹੇ ਮਾਸ਼ਾਅੱਲਾ ਮੂੰਜੀ ਬੜੀ ਪਿਆਰੀ ਹੈ ਅਤੇ ਮੂੰਜੀ ਸਾਡੀ ਰੇਡੀ ਲੱਗੀ ਹੈ ਅਤੇ ਮੌਸਮ ਅੱਜ ਕੱਲ੍ਹ ਖੁੱਲ੍ਹ ਗਿਆ ਮਾਸ਼ਾਅੱਲਾ ਹਾਏ 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 ਮੂੰਜੀ ਅਸਲ ਲਾਈ ਹੈ ਨਾ ਆਪੀ ਨਾਲ ਹੋ ਕੇ ਮੂੰਜੀ ਲਾਓ ਫਿਰ ਤਾਂ ਫਿਰ ਇੰਜੀ ਹੁੰਦੀ ਹੈ ਮੈਂ ਹੋਰੇ ਕਿੰਨੇ ਪੰਜ ਛੇ ਸਾਲ ਬਾਅਦ ਇਸ ਵਾਰ ਮੂੰਜੀ ਜਿਹੜਾ ਨਾਲ ਹੋ ਕੇ ਲਾਈ ਹੈ ਅਤੇ ਫਿਰ ਮੂੰਜੀ ਤਾਂ ਉਂਝ ਹੋਣੀ ਸੀ ਨਾ ਸਹੀ ਗੱਲ ਹੈ ਵੱਲਾ ਹੈ ਕਰੀਮ ਗਲਤੀ ਹੋ ਗਈ ਹੈ ਲਾਹੌਰ ਨਹੀਂ ਚਾਹੀਦੀ ਕ
ਕਮਾਦ ਵੀ ਮਾਸ਼ਾਅੱਲਾ ਵੱਡਾ ਹੋ ਗਿਆ ਹੈ। ਆਹੋ ਮੈਂ ਵੀ ਵਿੱਚ ਵਿੱਚ ਪੈਂਦਾ ਵਾ ਜੇ ਨਾ ਦੋਸਤਾਂ ਨੂੰ ਲੈ ਕੇ ਨਾ ਕਦੇ ਕਦੇ ਮਾਮੇ ਦਾ ਕਮਾਦ ਚੁਪਣ ਚੱਲੀਏ। ਆਹੋ ਮਾਸ਼ਾਅੱਲਾ ਮੁੰਜੀ ਕੱਟ ਗਈ ਕਿ ਨਹੀਂ। ਆਹੋ ਸਹੀ ਗੱਲ ਲੈ ਵੀ ਲੇਟ ਹੀ ਜਾਣਾ ਸਾਫ ਸੁਥਰੀ ਹੈ, ਕੋਈ ਕਿਸੇ ਕਿਸਮ ਦੀ ਕੋਈ ਸ਼ੈ ਨੀ ਵਿੱਚ, ਬਿਲਕੁਲ ਸਾਫ ਮੁੰਜੀ। ਹੁਣ ਨਿਕਲਣਾ ਫਿਰ ਆਸਤਾ ਆਸਤਾ ਮੁੰਜੀਆਂ ਸ਼ੁਰੂ ਹੋ ਜਾਂਦੀਆਂ। ਹਾਂ ਮਾਸ਼ਾਅੱਲਾ ਕੱਦ ਕਾੜ ਵਾਲੀ ਤੁਹਾਡੀ ਮੁੰਜੀ, ਮਾਸ਼ਾਅੱਲਾ ਕੱਦ ਕਾੜ ਵਾਲੀ ਇਨਸ਼ਾਅੱਲਾ ਹੈ ਜੀ। ਸਾਡੇ ਮਾਮੇਰਾਂ ਦੀ ਮੁੰਜੀ ਹੈ ਵਾਲੀ ਤੇ ਇਹ ਮਾਸ਼ਾਅੱਲਾ ਸਾਡੀ ਹੈ ਤੇ ਮਾਮੂ ਕਹਿ ਰਹੇ ਨੇ ਕਿ ਮੁੰਜੀ ਮਾਸ਼ਾਅੱਲਾ ਸਹੀ ਹੈ ਜ਼ਬਰਦਸਤ। ਇਹ ਦੇਖੋ ਮੁੰਜੀਆਂ ਛੁੰਜੀਆਂ ਨਿਕਲ ਆਈਆਂ ਨੇ ਆਸਤਾ ਆਸਤਾ ਇਨਸ਼ਾਅੱਲਾ। ਪਾਣੀ ਸ਼ਾਣੀ ਮਾਮੂ ਨਾਲ ਲਾਇਆ ਦੇਖੋ। ਅੱਜ ਸੁਬਹ ਦੀ ਲਾਈਟ ਜਾਂਦੀ ਬਸ ਸਾਡੇ ਵੀ ਮਸਲਾ ਕਰਦੀ ਸੀ ਬਈ। ਮਾਮੂ ਇੱਕ ਜਿਹਾ ਸੀ ਮੁੰਜੀ ਸਾਰੀ ਹੈ ਉਹ ਜਦੋਂ ਲਾ ਲੱਗਿਆ ਉਦੋਂ ਤਾਂ ਇਹੀ ਲੱਗਦਾ ਸੀ ਕਿ ਇਹ ਨਹੀਂ ਨਿਕਲਣੀ। ਹੁਣ ਟਾਈਮ ਗੁਜ਼ਰ ਗਿਆ, ਅੱਲਾ ਦੇ ਕੰਮ ਨੇ ਭਾਈ। ਅੱਲਾ ਕਹਿੰਦਾ ਮਿਹਨਤ ਕਰੋ ਫਲ ਮੈਦਾਨ ਹੈ। ਇੱਥੋਂ ਪਾਣੀ ਲੱਗਾ ਜੀ, ਕਿਆ ਬਾਤ ਹੈ, ਆਹ ਪਾਣੀ ਜਾ ਰਿਹਾ ਜੀ। ਮਾਸ਼ਾਅੱਲਾ ਜ਼ਬਰਦਸਤ ਮੁੰਜੀ ਹੈ ਕਿ ਅੱਲਾ ਭਾ ਦਾ ਸ਼ੁਕਰ ਹੈ, ਬਹੁਤ ਸੋਹਣੀ ਮੁੰਜੀ ਹੋ ਰਹੀ ਹੈ ਤੇ ਮਾਸ਼ਾਅੱਲਾ ਨਵਾਜ਼ ਦਾ ਤਰਲਾ ਕੀਤਾ ਮੈਂ ਯਾਰ ਚੱਲ ਵੇਖ ਹੀ ਛੱਡ ਜੇ ਤੂੰ ਕਨਾਲ ਦਾ ਪਾਣੀ ਨਹੀਂ ਲਾਣਾ ਤੇ ਚੱਲ ਵੇਖ ਤੇ ਸਹੀ ਨਾ। ਮੈਂ ਅੱਗੇ ਉਸ ਰੋਡ ਨੂੰ ਜਾਂਦਾ ਵਾ ਅੱਜ ਮੈਂ ਇੱਧਰ ਨੂੰ ਆਇਆ ਇਹਨੂੰ ਧੱਕੇ ਨਾ ਜਿਹੜਾ ਨਾ ਫੜ ਕੇ ਲਿਆਂਦਾ ਮੈਂ ਹੈ ਵੇਖ ਮਾਸ਼ਾਅੱਲਾ ਮੁੰਜੀ ਕੈਸੀ ਹੋ ਰਹੀ ਹੈ। ਮਾਸ਼ਾਅੱਲਾ ਸੋਹਣਾ ਮੌਸਮ ਬਣਿਆ ਹੁਣ, ਗਰਮੀ ਦਾ ਜੋਸ਼ ਟੁੱਟ ਗਿਆ ਅੱਲਾ ਕੀਤਾ ਦੇ ਇਨਸ਼ਾਅੱਲਾ ਤੇ ਮਾਸ਼ਾਅੱਲਾ ਸੋਹਣਾ ਨੀਲਾ ਸਮਾਨ ਹੈ ਤੇ ਜ਼ਬਰਦਸਤ ਮਾਸ਼ਾਅੱਲਾ ਮੁੰਜੀ ਹੋਣ ਡਈ ਹੈ। ਅੱਲਾ ਦਾ ਲੱਖ ਲੱਖ ਸ਼ੁਕਰ ਹੈ। ਮਾਸ਼ਾਅੱਲਾ ਇਹੀ ਮੌਸਮ ਮਾਹੌਲ ਹੈ, ਸ਼ਹਿਰਾਂ ਦੇ ਵਿੱਚ ਇਹ ਚੀਜ਼ ਨਹੀਂ ਮਿਲਦੀ, ਇਹ ਚੀਜ਼ ਨਹੀਂ ਮਿਲਦੀ, ਸ਼ੋਰ ਇੰਨਾ ਜ਼ਿਆਦਾ ਤੇ ਗੱਡੀਆਂ ਹੀ ਗੱਡੀਆਂ ਇੱਥੇ ਹੈ ਕਿਸੇ ਟਰਬਾਈਨ ਦੇ ਬਾਈਓ ਜਿੱਧਰ ਨੂੰ ਮਰਜ਼ੀ ਜਾਓ ਪੈਲੀਆਂ ਦੇ ਵਿੱਚ ਇੰਜੋਏ ਕਰੋ, ਹਰਾ ਸਬਜ਼ਾ ਵੇਖੋ, ਹਰੀ ਭਰੀ ਫਸਲ ਵੇਖੋ, ਮਾਸ਼ਾਅੱਲਾ ਦਰਖਤ ਵੇਖੋ ਕਿਸ ਤਰ੍ਹਾਂ ਹਰੇ ਭਰੇ ਹੋਏ ਨੇ ਜ਼ਬਰਦਸਤ। ਇਹ ਮਾਸ਼ਾਅੱਲਾ ਦਰੇਕ ਦਾ ਬੂਟਾ ਸਾਹਮਣੇ ਆ ਰਿਹਾ ਨਜ਼ਰ, ਇਹ ਮਾਸ਼ਾਅੱਲਾ ਪਿੰਡ ਦੀ ਵਾਦੀ ਹੈ, ਇਹ ਨਾਲ ਸਫੈਦੇ ਨੇ, ਇਹ ਮਾਸ਼ਾਅੱਲਾ ਪੂਰਾ ਪਿੰਡ ਮਹਮੂਦ ਕੇ ਨਜ਼ਰ ਆ ਰਿਹਾ। ਮਾਸ਼ਾਅੱਲਾ ਕਿਆ ਬਾਤ ਹੈ ਜੀ, ਜ਼ਿਹਨੀ ਤੌਰ ਤੇ ਫਰੈਸ਼ਨੈਸ ਮਹਿਸੂਸ ਕਰਦਾ ਹੈ ਨਾ। ਸਹੀ ਗੱਲ ਹੈ, ਚਲੋ ਇੱਕ ਮਿੰਟ ਸ਼ੁਕਰ ਹੈ ਮੈਂ ਤੇ ਕਿਨਾਰ ਦੇ ਹੋ ਲਿਆ ਹੋਇਆ ਇਧਰ ਮੱਛੀਆਂ ਫੜੀਏ। ਦੂਸਰਾ ਤੀਸਰਾ ਸਾਲ ਹੋਇਆ ਮੈਂ ਤੇ ਪਤਰਾਨਾ ਜਿਹੜਾ ਨਾ ਇਹਦਾ। ਹਾਂ ਨਹੀਂ ਉਹ ਬਹੁਤ ਚੰਗੀ ਗੱਲ ਹੈ, ਉਹ ਨਹੀਂ ਮਾਮੂ ਫਿਰ ਲਿਆ ਜਾ ਮੁੰਜੀ ਫੜੀਏ ਮੱਛੀਆਂ ਫੜੀਏ ਹੈਂ। ਉੱਥੇ ਬੜੀ ਬੜੀ ਮੱਛੀ ਹੈ ਤੁਹਾਡੇ ਇੱਥੇ ਸੁਣਿਆ, ਡੋਲਾ ਮੱਛੀ ਇੱਥੇ ਹੈ ਨਹੀਂ ਕਿਉਂ ਪੁੱਤਰ ਨਹੀਂ ਆ, ਇਹ ਕਿੱਥੇ ਚੱਲੇ ਹੁਣ ਸੁਖ ਜਾ ਹੈ ਨਾ ਮੱਛੀਆਂ ਦੇ ਉਹ ਨੱਕੇ ਤੇ ਹੁੰਦੀ ਮੈਂ ਉਹ ਉੱਪਰ ਗੰਡੋਏ ਪਕਾ ਕੇ ਖਾ। ਓਏ ਹੋਏ ਹੋਏ ਫੇਰ ਵੇਖੋ ਕਸੇ ਤੁਸੀਂ ਵੱਡੇ ਹੁੰਦੇ ਵੀਡੀਓ ਵੀਡੀਓ ਤੁਹਾਡੀ ਚ ਵਾਇਰਲ ਕਰਨੀ ਆ ਹੈ, ਯੂਟਿਊਬ ਤੇ ਤੁਹਾਡੀ ਵਾਇਰਲ ਕਰਨੀ ਆ ਵੀਡੀਓ। ਮੈਂ ਦੱਸਣਾ ਲਈ ਇਹਨੂੰ ਇਹ ਮੱਛੀਆਂ ਦੇ ਨਾ ਫੜਦਾ